ਦੱਸ ਦਈਏ ਕਿ ਪ੍ਰੋਗਰਾਮ ਦੇ ਸਿੱਸੇ ਦਾ ਸਿੱਧਾ ਪ੍ਰਸਾਰਣ ਜਿਹੜਾ ਉਹ ਸਾਡੇ ਫੇਸਬੁੱਕ ਪੇਜ ਤੇ ਲਾਈਵ ਵੀ ਕੀਤਾ ਜਾਏਗਾ ਔਰ ਤੁਹਾਡੀਆਂ ਕੁਝ ਕਾਲਸ ਵੀ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਲਾਂਗੇ ਜੇਕਰ ਇਸ ਸਬਜੈਕਟ ਦੇ ਨਾਲ ਜੁੜੇ ਕੋਈ ਤੁਹਾਡੇ ਸਵਾਲ ਨੇ ਇਹ ਪ੍ਰੋਗਰਾਮ ਜਿਹੜਾ ਹੈ ਖਾਸ ਤੌਰ ਤੇ ਕਿਉਂਕਿ ਇਹ ਸਪ੍ਰਿੰਗ ਬ੍ਰੇਕਸ ਦਾ ਟਾਈਮ ਚੱਲ ਰਿਹਾ ਸਪ੍ਰਿੰਗ ਬ੍ਰੇਕ ਚੱਲ ਰਹੀਆਂ ਨੇ ਔਰ ਬੱਚੇ ਇਸ ਵੇਲੇ ਘਰ ਨੇ ਔਰ ਬਹੁਤ ਸਾਰੇ ਮਾਪੇ ਪੈਸੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਬੱਚੇ ਜਿਹੜੇ ਨੇ ਉਹਨਾਂ ਕੋਲ ਕੀ ਕਰਾਇਆ ਜਾਏ ਕੀ ਕੰਮ ਦਿੱਤਾ ਜਾਏ ਹਾਲਕਿ ਇਹ ਤਾਂ ਸ਼ੁਰੂਆਤ ਹੈ ਜਿਸ ਪ੍ਰਿੰਗ ਬ੍ਰੇਕ ਦੀ ਅਸੀਂ ਗੱਲ ਕਰੀਏ ਓਵਰਆਲ ਜੇ ਅਸੀਂ ਗੱਲ ਕਰੀਏ ਬੱਚਿਆਂ ਨੂੰ ਕਿਸ ਤਰੀਕੇ ਨਾਲ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਆਪਣੀਆਂ ਰੂਟਸ ਨਾਲ ਜੋੜ ਸਕਦੇ ਹਾਂ ਸਿੱਖੀ ਸਿਧਾਂਤਾਂ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਵੀ ਬਹੁਤ ਕੰਮ ਇਸ ਵੇਲੇ ਵੱਖ-ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਅਜਿਹੀ ਹੀ ਇੱਕ ਨਵੀਂ ਅਕੈਡਮੀ ਜਿਹੜੀ ਆ ਉਹ ਖੁੱਲੀ ਹੈ ਦਸ਼ਮੇਸ਼ ਗੁਰਮਤ ਅਕੈਡਮੀ ਨਾਂ ਦੇ ਨਾਲ ਔਰ ਪਿਛਲੇ ਕੁਝ ਦਿਨਾਂ ਤੋਂ ਅਸੀਂ ਵੀ ਸ਼ੇਰ-ਏ-ਪੰਜਾਬ ਰੇਡੀਓ ਦੇ ਉੱਤੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਇਹਦੇ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ ਕਿ ਕਿ ਇਸ ਕਿਸਮ ਦੇ ਨਾਲ ਜਿਹੜੀ ਐਕੈਡਮੀ ਹੈ ਇਹਦੇ ਚ ਪੰਜਾਬੀ ਦੇ ਬਾਰੇ ਸਿੱਖ ਹਿਸਟਰੀ ਦੇ ਬਾਰੇ ਔਰ ਜਿਹੜੇ ਤੰਤੀ ਸਾਜ਼ ਨੇ ਜਾਂ ਹੋਰ ਜਿਹੜੇ ਸਾਜ਼ ਨੇ ਉਹ ਸਿਖਾਏ ਜਾਂਦੇ ਨੇ ਔਰ ਗੁਰਮਤਿ ਦੀ ਸਿਖਲਾਈ ਜਿਹੜੀ ਉਹ ਦਿੱਤੀ ਜਾਂਦੀ ਹੈ ਆਪਣੇ ਪਿਛੋਕੜ ਦੇ ਨਾਲ ਕਿਵੇਂ ਜੁੜ ਕੇ ਰਿਹਾ ਜਾਏ ਸਿੱਖੀ ਸਿਧਾਂਤਾਂ ਨਾਲ ਕਿਵੇਂ ਜੁੜ ਕੇ ਰਿਹਾ ਜਾਏ ਜਿਹੜੀ ਇਹਦੀ ਜਾਣਕਾਰੀ ਦਿੱਤੀ ਜਾਂਦੀ ਹੈ ਖਾਸ ਤੌਰ ਤੇ ਛੋਟੇ ਬੱਚਿਆਂ ਨੂੰ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਹੈ ਇੱਕ ਕਦਮ ਅੱਗੇ ਇਸ ਗੁਰਮਤ ਅਕੈਡਮੀ ਜਿਹੜੀ ਦਸ਼ਮੇਸ਼ ਗੁਰਮਤ ਅਕੈਡਮੀ ਨੇ ਇੱਕ ਕਦਮ ਅੱਗੇ ਆਇਲਸ ਦੀ ਤਿਆਰੀ ਜਿਹੜੇ ਅਡਲਟਸ ਨੇ ਉਹਨਾਂ ਦੇ ਵਾਸਤੇ ਸਾਇੰਸ ਟਿਊਸ਼ਨਸ ਮੈਥਮੈਟਿਕਸ ਜਿਹੜੇ ਆ ਉਹਦੀਆਂ ਟਿਊਸ਼ਨਸ ਇਹ ਲਗਾਈਆਂ ਜਾ ਰਹੀਆਂ ਔਰ ਬਹੁਤ ਯੰਗ ਬੱਚੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਕਈ ਇਥੋਂ ਦੇ ਹੀ ਜੰਪਾਲ ਨੇ ਕਈ ਜਿਹੜੇ ਪੰਜਾਬ ਤੋਂ ਜਾਂ ਭਾਰਤ ਦੇ ਹੋਰ ਹਿੱਸਿਆਂ ਤੋਂ ਆਏ ਹੋਏ ਗੁਰਸਿੱਖ ਬੱਚੇ ਨੇ ਉਹ ਇਹਦੇ ਨਾਲ ਜੁੜੇ ਹੋਏ ਨੇ ਇਹਦੇ ਮੈਂਟਰ ਨੇ ਇਹਦੇ ਟੀਚਰ ਨੇ ਔਰ ਅੱਜ ਇਸੇ ਅਕੈਡਮੀ ਦੇ ਜਿਹੜੇ ਐਡਮਿਨ ਨੇ ਔਰ ਇਸ ਅਕੈਡਮੀ ਦੇ ਵਿੱਚ ਮੈਂਟੋਰ ਨੇ ਟੀਚਰ ਨੇ ਸਦਾਨੀ ਮੀਤ ਕੌਰ ਜੀ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਔਰ ਅੱਜ ਖਾਸ ਤੌਰ ਤੇ ਉਹਨਾਂ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਸਾਡੀ ਜਿਹੜੀ ਹੈ ਗੱਲਬਾਤ ਚੱਲੇਗੀ ਔਰ ਸਵਾਗਤ ਕਰਦੇ ਆ ਸਦਾਨੀ ਮੀਤ ਕੌਰ ਜੀ ਦਾ ਮੀਤ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਆਪਾਂ ਜੀ ਦਾ ਖਾਸ ਸਵਾਗਤ ਹੈ ਜੀ ਦਾ ਖਾਸ ਸਵਾਗਤ ਹੈ ਮੀਤ ਜੀ ਥੋੜਾ ਜਿਹਾ ਅੱਗੇ ਹੋ ਜਾਓ ਮਾਈਕ ਦੇ ਥੋੜਾ ਜਿਹਾ ਅੱਗੇ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਤੱਕ ਪਹੁੰਚ ਜਾਏ ਮੈਂ ਤੁਹਾਨੂੰ ਸਭ ਤੋਂ ਜਾਣਨਾ ਚਾਹੁੰਦਾ ਕਿ ਇਹ ਕਿਹੜੀ ਅਕੈਡਮੀ ਹੈ ਜਿਹਨੇ ਮੇਰੇ ਕੋਲ ਜਾਣਕਾਰੀ ਲਈ ਮੈਂ ਕੋਸ਼ਿਸ਼ ਕੀਤੀ ਇਹ ਦੇ ਵੀ ਉਸਕੇ ਆਪਣੇ ਵੱਲੋਂ ਤੁਸੀਂ ਦੱਸੋਗੇ ਇਹਦੇ ਵਿੱਚ ਇਹ ਉਪਰਾਹ ਜਿਹੜਾ ਸ਼ੁਰੂ ਕਦੋਂ ਕੀਤਾ ਗਿਆ ਔਰ ਕੀ ਮੰਤਵ ਲਾਇਕ ਕੀਤਾ ਗਿਆ ਸੋਚ ਕੀ ਸੀ ਜਦੋਂ ਇਹ ਅਕੈਡਮੀ ਸ਼ੁਰੂਆਤ ਕੀਤੀ ਗਈ ਮੈਂ ਬਹੁਤ-ਬਹੁਤ ਧੰਨਵਾਦ ਜੀ ਸੋ ਜਿਹੜੀ ਅਕੈਡਮੀ ਆ ਉਹਦੀ ਸ਼ੁਰੂਆਤ 2 ਮਹੀਨੇ ਪਹਿਲਾਂ ਹੀ ਹੋਈ ਆ ਜਿਹੜੀ ਸੋਸੀ ਉਹ ਤੇ अराउंड ਮਨਾਲਾ ਦਾ 1.5 ਸਾਲ ਪਹਿਲਾਂ ਦੇ ਚੱਲਦੀ ਸੀ ਸੋ 1.5 ਸਾਲ ਪਹਿਲਾਂ I थिंक ਕੋਵਿਡ ਦੀ ਸ਼ੁਰੂਆਤ ਤੋਂ ਪਹਿਲਾਂ ਆ ਗੁਰਦੁਆਰਾ ਜਿਸਮੇਸ਼ਰਵਾਰ ਸਾਹਿਬ ਉਹਨਾਂ ਦੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਸੀ ਤਾਂ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਨੇ ਆ ਭਾਈ ਮਨਿੰਦਰ ਸਿੰਘ ਉਹਨਾਂ ਨੇ ਅਗਰੈਸ ਕੀਤਾ ਕਿ ਗੁਰਮਤ ਪ੍ਰਚਾਰ ਦੀ ਬਹੁਤ ਜ਼ਿਆਦਾ ਲੋੜ ਹੈ ਐਂਡ THEN ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਹੁਣ ਜਿਹੜੀ ਜਗ੍ਹਾ ਜਿੱਥੇ ਬਿਲਡਿੰਗ ਬਣੀ ਹੋਈ ਹੈ ਇਹ ਜਗ੍ਹਾ ਉਸ ਟਾਈਮ ਫ੍ਰੀ ਸੀਗੀ ਤਾਂ ਅਸੀਂ ਜਿਸ ਸਾਈਡ ਕੀਤਾ ਕਿ ਗੁਰਮਤ ਪ੍ਰਚਾਰ ਲਈ ਇਹ ਜਗ੍ਹਾ ਨੂੰ ਬਹੁਤ ਵਧੀਆ ਢੰਗ ਨਾਲ ਯੂਸ ਕੀਤਾ ਜਾ ਸਕਦਾ ਹੈ ਸੋ ਉੱਥੋਂ ਸਗਾ ਜਦੋਂ ਸਾਡੀ ਸ਼ੁਰੂਆਤ ਹੋਈ ਪਰ ਜਿਹੜਾ ਮੇਨ ਮੋਟਿਵ ਅਕੈਡਮੀ ਦਾ ਹੋਇਆ ਹੈ ਕਿ ਇੱਕ ਜਗ੍ਹਾ ਦੀਸ ਥਾਪ ਲਾ ਕੀਤੀ ਜਾਏ ਜਿੱਥੇ ਗੁਰਮਤਿ ਪ੍ਰਚਾਰ ਤੇ ਜਿਹੜੀ ਸਾਰੀ ਸਿੱਖਲਾਵਾ ਹੈ ਇਹ ਗੁਰਮਤਿ ਵਿਦਿਆਤਨ ਕੀ ਸਾਜ ਹੋ ਗਈ ਆ ਵਾਜਾ ਤਬਲਾ ਗਤਕਾ ਸਾਰੀ ਸਿੱਖਾਈ ਇਕ ਥਾਂ ਤੇ ਦਿੱਤੀ ਜਾ ਸਕੇ ਸੋ ਸੋ ਕੀ ਜਿਹੜੇ ਪੜ੍ਹਸ ਹੈਗੇ ਹਨਾ ਉਹਨਾਂ ਨੂੰ ਵਕ ਵਕ ਥਾਂ ਤੇ ਜਾਣ ਦੀ ਲੋੜ ਨਾ ਪਏ ਤੇ ਦੂਜੀ ਚੀਜ਼ ਐਸੀ ਕਿ ਅੱਜਕੱਲ ਦੇ ਜਦੋਂ ਆਪਾਂ ਕਮਿਊਨਿਟੀ ਜਗਾ ਕੀ ਸੰਗਤ ਜਗਾਂ ਕੀਤੀ ਤੇ ਸਾਰੇ ਫੀਲ ਕਰਦੇ ਆ ਕਿ ਆਪ ਹੋਵਡ ਕਰਕੇ ਵੀ ਇੱਕ ਕਨੈਕਸ਼ਨ ਦੀ ਕਮੀ ਫੀਲ ਹੋ ਰਹੀ ਹੈ ਤੇ ਇੱਥੇ ਹੈ ਕਿ ਜਦੋਂ ਆਪ ਆਪਣੇ ਜਨਾਂ ਨਾਲ ਜੋੜ ਸਕਦੇ ਆ ਤਾਂ ਉਹ ਸਾਰਿਆਂ ਦੇ ਜੀਵਨ ਲਈ ਬਹੁਤ ਵੱਡੀ ਚੀਜ਼ ਹੈ ਤੇ ਉਦੋਂ ਸਾਡਾ ਮੇਨ ਉਪਰਾਲਾ ਸ਼ੁਰੂ ਹੋਇਆ ਪਰ ਅੱਛਾ ਇਹ ਉਪਰਾਲਾ ਇਹ ਤੋਂ ਸ਼ੁਰੂ ਹੋਇਆ ਪਰ ਇਸ ਤੋਂ ਅੱਗੇ ਜਿਹੜਾ ਇੱਕ ਹੋਰ ਕਦਮ ਲਿਆ ਗਿਆ ਕਿ ਜਿਹੜੇ ਅਡਲਟਸ ਨੇ ਉਹਨਾਂ ਨੂੰ ਨਾਲ ਜੋੜਨ ਵਾਸਤੇ ਜਾਂ ਆਡਲਟਸ ਦੀ ਸਿੱਖਿਆ ਪਰ ਟਿਊਸ਼ਨ ਜਿਹੜੀਆਂ ਡਿਫਰੈਂਟ ਸਬਜੈਕਟ ਇਹਨਾਂ ਵਿਚਾਰ ਕਿਵੇਂ ਨਾਲ ਪੜਿਆ ਆ ਮੈਂ ਇਹਦਾ ਐਸੀ ਕਿ ਜੋ ਸ਼ੁਰੂਆਤ ਤੇ ਸਾਡਾ ਪਰਸਪੈਕਟਿਵ ਐ ਸੀਗਾ ਕਿ ਅਸੀਂ ਇਹ ਥਿੰਕਿੰਗ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਕਿ ਜਿਹੜੇ ਬਾਣੇ ਵਾਲੇ ਗੁਰਸੇਖ ਹੈ ਹਨਾ ਉਹ ਕੱਲੇ ਰਾਗੀ ਜਾਂ ਫਿਰ ਕੱਲੇ ਕੀਰਤਨੀ ਜਾਂ ਗ੍ਰੰਥੀ ਸਾਹਿਬ ਨਹੀਂ ਹੋ ਸਕਦੇ ਰਾਗੀ ਸਾਹਿਬ ਕੀਰਤਨੀ ਸਾਹਿਬ ਹੁਣ ਬਹੁਤ ਵਧੀਆ ਗੱਲ ਐ ਪਰ ਗੁਰਸੇਖ ਕੋਈ ਵੀ ਹੋ ਸਕਦੇ ਨੇ ਟੀਚਰਸ ਹੋ ਸਕਦੇ ਨੇ ਉਹ ਵਕਤ-ਵਕਤ ਫੀਲਡਸ 'ਚ ਜਾ ਸਕਦੇ ਨੇ ਸੋ ਸਾਨੂੰ ਐ ਸੀਗਾ ਕਿ ਗੁਰਮਤਿ ਦੀ ਸਿਖਲਾਈ ਦੇ ਨਾਲ ਇੱਕ ਐਕੈਡੈਮਿਕ ਪਰਸਪੈਕਟਿਵ ਨੂੰ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਅਸੀਂ ਸੋਚਿਆ ਕਿ ਹੁਣ ਹਾਈ ਸਕੂਲ ਸਟੂਡੈਂਟਸ ਨੇ ਜਿਹਨਾਂ ਨੇ ਆ ਕੇ ਉੱਥੇ ਗੁਰਮਤਿ ਦੀ ਸਿਖਲਾਈ ਲੈਣੀ ਹੈ ਇਟਸ ਈਜ਼ੀ ਫਾਰ ਥੈਮ ਕਿ ਉਹ ਆ ਕੇ ਉਹਨਾਂ ਨੂੰ ਉੱਥੇ ਐਕੈਡੈਮਿਕ ਪੋਜੀਸ਼ਨਸ ਦੇ ਦਿੱਤੀਆਂ ਜਾਣ ਜਿਹੜੀ ਦੂਜੀ ਗੱਲ ਸੀ ਆਇਲਸ ਦੀ ਜਦੋਂ ਅਸੀਂ ਆਪਣੀ ਕਮਿਊਨਿਟੀਜ਼ ਵਿੱਚ ਰਹੇ ਤਾਂ ਕਿੰਨੇ ਸਾਰੇ ਇੰਟਰਨੈਸ਼ਨਲ ਇਮੀਗ੍ਰੈਂਟਸ ਨੇ ਜੋ ਬਹੁਤ ਜ਼ਿਆਦਾ ਸਟਰਗਲ ਕਰਦੇ ਨੇ ਆਪਣੀ ਇਮੀਗ੍ਰੇਸ਼ਨ ਪ੍ਰੋਸੈਸ ਚ ਮੇਨਲੀ ਆਇਲਸ ਕਰਕੇ ਸੋ ਸਾਨੂੰ ਸੀਗਾ ਕਿ ਅਸੀਂ ਇੱਕ ਵਧੀਆ ਇੱਕ ਪਿਆਰ ਵਾਲਾ ਐਟਮਾਸਫੇਅਰ ਦੇ ਕੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ 20 30 ਸਾਲ ਪੜਾਈ ਛੱਡੇ ਹੋ ਚੱਲੇ ਨੇ ਹਨਾ ਤੇ ਉਹਨਾਂ ਨੇ ਆਇਲਸ ਦੀ ਤਿਆਰੀ ਕਰਨੀ ਆ ਉਹਨਾਂ ਨੂੰ ਇੱਕ ਸਪੋਰਟਿਵ এনवायरमेंट ਦੇ ਸਕੀਏ ਅੱਛਾ ਇਹਦੇ ਚ ਖਾਸ ਤੌਰ ਤੇ ਜੇ ਅਸੀਂ ਬੱਚਿਆਂ ਦੀ ਗੱਲ ਕਰਦੇ ਆ ਕਾ ਕਿੰਨੀ ਉਮਰ ਦੇ ਬੱਚੇ ਆ ਜਿਹੜੇ ਸ਼ੁਰੂ ਕਰ ਸਕਦੇ ਆ ਤੁਹਾਡੀ ਅਕੈਡਮੀ ਦੇ ਵਿੱਚ ਜੁਆਇਨ ਕਰ ਸਕਦੇ ਆ ਔਰ ਸਾਨੂੰ ਵੀ ਦੱਸੋ ਟਾਈਮਿੰਗਸ ਕੀ ਆ ਕਿਉਂਕਿ ਇਸ ਵੇਲੇ ਕੋਵਿਡ ਦਾ ਦੌਰ ਹੈ ਹੋ ਸਕਦਾ ਹੈ ਕਿ ਕਈ ਬਹੁਤ ਸਾਰੇ ਸਕੂਲਸ ਜਾਂ ਕਾਲਜਸ ਨੇ ਜਿਹੜੇ ਆਨਲਾਈਨ ਸਟੱਡੀ ਕਰਾ ਰਹੇ ਨੇ ਕਿ ਤੁਹਾਡੇ ਕੋਲ ਵੀ ਐਸੇ ਪ੍ਰੋਵੀਜ਼ਨ ਹੈ ਸੋ ਫੋਰ ਨਾਇਸ ਹਰ ਤੋਂ ਆਨਲਾਈਨ ਪ੍ਰੋਵੀਜ਼ਨ ਨਹੀਂ ਹੈਗੇ ਪਰ ਟਾਈਮਿੰਗਸ ਜਿਹੜੇ ਆ ਮੋਸਟਲੀ ਈਵਨਿੰਗਸ ਦੇ ਆ ਤੇ ਜੇ ਗੱਲ ਕੀਤੀ ਜਾਏ ਕਿ ਕਿੰਨੇ ਸਾਲ ਦੇ ਬੱਚੇ ਤੋਂ 5 ਸਾਲ ਤੋਂ ਲੈ ਕੇ ਬੱਚੇ ਐਂਡ ਐਡਰਸ ਤੇ ਫਿਰ ਉਸ ਤੋਂ ਬਾਅਦ 60 70 ਸਾਲ ਦੇ ਬਜ਼ੁਰਗਾਂ ਤੱਕ ਸਾਰੇ ਅਕੈਡਮੀ ਵਿੱਚ ਸਭ ਨੇ ਜੁਆਇਨ ਕੀਤਾ ਆ ਜਿਹੜੇ ਟਾਈਮਿੰਗਸ ਆ ਸਾਰੀ ਕਲਾਸਾਂ ਦੇ ਵਕ ਵਕ ਨੇ ਤੇ ਸਾਡੀ ਜਿਹੜੀ ਵੈਬਸਾਈਟ ਹੈ ਜਿਹਦੀ ਸ਼ੇਅਰ ਪੰਜਾਬ ਵੀਡੀਓ ਤੇ ਐਡਵਰਟਾਈਜ਼ਮੈਂਟ ਵੀ ਹੋਈ ਸੀ ਉਸ ਵੈਬਸਾਈਟ ਤੇ ਜਾ ਕੇ ਦਸ਼ਮੇਸ਼ ਗੁਰਮਤ ਅਕੈਡਮੀ ਦੀ ਉੱਥੇ ਵਕ ਵਕ ਸਕੇਡਿਊਲਸ ਦਿੱਤੇ ਹੋਇਆ ਸੋ ਕੀਰਤਨ ਦੀ ਕਲਾਸ ਜਿਹੜੀ ਟਿਊਜ਼ਡੇਸ ਨੂੰ ਹੁੰਦੀ ਹੈ ਸ਼ਾਮ ਨੂੰ ਤੰਤੀ आज वेन्सडे शाम नु सो so एक बहुत फ्लेक्सिबल स्केड्यूल तैयार ਕੀਤਾ ਗਿਆ ਤਾਂ ਕਿ ਸਾਰਿਆਂ ਨੂੰ ਅਕਾਮੋਡੇਟ ਕੀਤਾ ਜਾ ਸਕੇ ਅੱਛਾ ਇੱਕ ਜਿਹੜੀ ਹੋਰ ਬੜੀ ਮਹੱਤਵਪੂਰਨ ਗੱਲ ਹੈ ਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਮਾਪਿਆਂ ਨੂੰ ਇਹ ਲੱਗਦਾ ਹੈ ਕਿ ਪੜ੍ਹਾਉਣ ਵਾਲਾ ਕੌਣ ਹੋਏਗਾ ਕਿ ਬੱਚਿਆਂ ਨੂੰ ਜੈਸੀ ਭੇਜ ਦਿੰਦੇ ਨੇ ਤਾਂ ਪੜ੍ਹਾਉਣ ਵਾਲਾ ਕੌਣ ਹੋਏਗਾ ਸੰਦ ਦੱਸੋ ਕਿ ਜਿਹੜੇ ਤੁਹਾਡੇ ਟੀਚਰਸ ਨੇ ਉਹ ਕੌਣ ਨੇ ਔਰ ਜਿਹੜੇ ਜੈਸੀ ਗੱਲ ਕਰੀਏ ਕਿ ਕੀ ਉਹ ਇੱਥੋਂ ਦੇ ਹੀ ਜੰਪਲ ਬੱਚੇ ਨੇ ਜਾਂ ਹੋਰ ਥਾਵਾਂ ਤੋਂ ਆਏ ਹੋਏ ਨੇ ਔਰ ਕਿੰਨਾਕ ਸਮਾਂ ਜਿਹੜਾ ਉਹ ਇਸ ਆਪਣੀ ਸੇਵਾ ਜਿਹੜੀ ਹੈ ਇਹਦੇ ਵਿੱਚ ਦੇ ਰਹੇ ਨੇ ਹਾਂਜੀ ਸੋ ਅਕਾਦਮੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਜਿਹੜੇ ਵੀ ਸੇਵਾਦਾਰ ਨੇ ਉਹ ਕਾਫੀ ਸਮੇਂ ਤੋਂ ਵੱਖ-ਵੱਖ ਥਾਵਾਂ ਤੇ ਗੁਰਦੁਆਰਾ ਸਾਹਿਬ ਜੀਆਂ ਕਮਿਊਨਿਟੀ ਪ੍ਰੋਗਰਾਮਸ 'ਚ ਬਹੁਤ ਚਿਰ ਤੋਂ ਸੇਵਾ ਕਰ ਰਹੇ ਸੀ ਤੇ ਜਿਹੜੇ ਸੇਵਾਦਾਰ ਨੇ ਉਹ ਲਾਈਕ ਇੱਕੋ ਖੇਤਰ 'ਚ ਨਹੀਂ ਹੈਗੇ ਸੋ ਕਈ ਜਿਹੜੇ ਨੇ ਉਹ ਇੱਥੋਂ ਦੇ ਜੰਪਲ ਨੇ ਬਹੁਤ ਸਾਰੇ ਵਿੱਚੋਂ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਸੋ ਉਹ ਵੀ ਸਾਡਾ ਵਿੱਚ ਇੱਕ ਬਹੁਤ ਮੇਨ ਮੋਟਿਵ ਸੀਗਾ ਕਿ ਜਦੋਂ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਆ ਉਹ ਫੀਲ ਕਰਦੇ ਆ ਕਿ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਜਾਂਦਾ ਸੋ ਇਹ ਸਾਡਾ ਉਪਰਾਲਾ ਸੀਗਾ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਅੱਗੇ ਲੈ ਚ ਲੈ ਕੇ ਆਈਏ ਕਿਉਂਕਿ ਉਹਨਾਂ ਚ ਵੀ ਬਹੁਤ ਸਟੂਡੈਂਟਸ ਨੇ ਜਿਨ੍ਹਾਂ ਚ ਬਹੁਤ ਵੱਖ-ਵੱਖ ਤਰ੍ਹਾਂ ਦੇ ਟੈਲੈਂਟਸ ਨੇ ਕਈ ਗਉਣ ਚ ਬਹੁਤ ਵਧੀਆ ਨੇ ਕਈ ਕੀਰਤਨ ਸਖਾ ਸਕਦਾ ਕਈ ਐਕਾਡੈਮਿਕਲੀ ਬਹੁਤ ਜਾਦੇ ਵਧੀਆ ਨੇ ਸੋ ਆਪਾਂ ਟਰਾਈ ਕੀਤਾ ਕਿ ਜਿਹੜੇ ਵੀ ਸੇਵਾਦਾਰ ਪਹਿਲੇ ਕੰਮ ਕਰ ਰਹੇ ਸੀ ਉਹਨਾਂ ਨੂੰ ਹੋਰ ਟ੍ਰੇਨਿੰਗ ਦੇ ਕੇ ਵਖਥਾਂਵਾਂ ਤੋਂ ਐਂਡ THEN ਸਾਰਿਆਂ ਨੂੰ ਇੱਕ ਥਾਂ ਤੇ ਲਾਇਆ ਗਿਆ ਅੱਛਾ ਅਸੀਂ ਕੁਝ ਕਾਲਸ ਵੀ ਲੈਣੀਆਂ ਚਾਹਾਂਗੇ ਹਾਲਾਂਕਿ ਕਾਲਸ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਤੇ ਜਾ ਕੇ ਲਾਂਗੇ ਜਦੋਂ ਖਬਰਾਂ 8:30 ਵਾਲੀਆਂ ਅਸੀਂ ਪ੍ਰਸਾਦ ਕਰਦਾਂਗੇ ਉਸ ਤੋਂ ਬਾਅਦ ਸਾਡੇ ਜਿਹੜੇ ਲਿਸਨਰਸ ਨੇ ਉਹ ਵੀ 604 204 0600 ਤੇ ਕਾਲ ਕਰਕੇ ਆਪਣੇ ਸੁਝਾਅ ਇਸ ਅਕੈਡਮੀ ਵਾਸਤੇ ਜਾਂ ਤੁਹਾਡੇ ਕੋਈ ਸਵਾਲ ਹੋਣ ਤੁਸੀਂ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਪਾਰਟਿਸਪੇਟ ਕਰਾਉਣਾ ਜਾਂ ਤੁਸੀਂ ਖੁਦ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਕਿਸੇ ਕਿਸਮ ਦੀ ਤੁਸੀਂ ਸਿਖਲਾਈ ਲੈਣਾ ਚਾਹੁੰਦੇ ਹੋ ਇਹਨਾਂ ਦੇ ਕੋਲੋਂ ਤਾਂ ਤੁਸੀਂ ਜੁੜ ਸਕਦੇ ਹੋ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅੱਛਾ ਮੀਤ ਕੌਰ ਜੀ ਸਾਨੂੰ ਇਹ ਦੱਸੋ ਕਿ ਇਹ ਤਾਂ ਵਾਕਈ ਬੜਾ ਇੱਕ ਵਧੀਆ ਉਪਰਾਲਾ ਹੈ ਕਿ ਤੁਸੀਂ ਮੈਥਮੈਟਿਕਸ ਔਰ ਸਾਇੰਸ ਦੀਆਂ ਟਿਊਸ਼ਨਸ ਅੱਜ ਦੀ ਸਟੱਡੀ ਜਿਹੜੀ ਕਰਾ ਰਹੇ ਹੋ ਇਸ ਤੋਂ ਅੱਗੇ ਜਾਣ ਦਾ ਵੀ ਵਿਚਾਰ ਹੈ ਇਸ ਤੋਂ ਅੱਗੇ ਐਕਸਪੈਂਡ ਕਰਨ ਦਾ ਵੀ ਵਿਚਾਰ ਹੈ ਹਾਂਜੀ ਬਿਲਕੁਲ ਫਿਲਹਾਲ ਸਾਨੂੰ ਸਿਗਾ ਕਿ ਅਪਾ ਲੈਕਸਾਇਡਰ ਰਿਸਪੌਂਸ ਬਹੁਤ ਵਧੀਆ ਗਿਆ ਆਪਾਂ ਕਿੱਥੇ ਇੱਕ ਇੱਕ ਕਲਾਸ ਤੋਂ ਹਾਈ ਫ੍ਰੀਡਲੀ ਸ਼ੁਰੂ ਕੀਤਾ ਸੀ ਪਰ ਇੰਨੀਆਂ ਜ਼ਿਆਦਾ ਰੈਜਿਸਟ੍ਰੇਸ਼ਨਸ ਆਈਆਂ ਕਿ ਸਾਨੂੰ ਕਲਾਸੇਸ ਦੇ ਨੰਬਰ ਡਬਲ ਕਈ ਕਲਾਸੇਸ ਦੇ ਵਨ ਟ੍ਰਿਪਲ ਕਰਨੇ ਪਏ ਸੋ ਰਿਸਪੌਂਸ ਨੂੰ ਦੇਖਦੇ ਅਸੀਂ ਪਹਿਲਾਂ ਤੋਂ ਹੀ ਮਨ ਬਣਾਇਆ ਸੀ ਕਿ ਅਸੀਂ ਅਗੋ 7 ਆਵਰਸ ਐਂਡ ਦੈਨ ਹੋਰ ਨਵੀਆਂ ਕਲਾਸਾਂ ਜਿਵੇਂ ਆਪਾਂ ਸੰਥਿਆ ਦੀ ਕਲਾਸਾਂ ਤੇ ਸ਼ੁਰੂ ਕਰਨੀਆਂ ਸੋ ਆਪਾਂ ਬਹੁਤ ਨਵੇਂ ਉਪਰਾਲਿਆਂ ਤੇ ਕੰਮ ਕਰ ਰਹੇ ਆਂ ਨਾਲੇ ਆਪਾਂ ਦੇਖ ਰਹੇ ਆ ਕਿ ਕਮਿਊਨਿਟੀ ਚ ਹੋਰ ਕਿਹੜੀ ਚੀਜ਼ਾਂ ਦੀ ਲੋੜ ਆ ਜਿਵੇਂ ਕਿੰਨੇ ਲੋਕੀ ਜਿਹੜੇ ਡਿਪਰੈਸ਼ਨ ਤੋਂ ਡਿਪਰੈਸ਼ਨ ਫ ਨੇ ਯਾਕੀਨੇ ਲੋਕੀ ਜਿਹੜੇ ਹਾਈ ਸਕੂਲਰਸ ਨੇ ਉਹ ਬੁਲੀਇੰਗ রাইਟ ਤੇ ਹੋਰ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਪ੍ਰੋਬਲਮਸ ਸੋ ਅਸੀਂ ਸਾਰੇ ਖੇਤਰਾ ਚ ਦੇਖ ਕੇ ਤੇ ਨਵੇਂ ਉਪਰਾਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਤੁਸੀਂ ਦੱਸਿਆ ਕਿ ਤੁਹਾਨੂੰ ਕਲਾਸਿਸ ਵਧਾਣੀਆਂ ਪਈਆਂ ਕਲਾਸ ਦਾ ਸਾਈਜ਼ ਕੀ ਹੈ ਕਿੰਨੇ ਕ ਬੱਚੇ ਜਿਹੜੇ ਇੱਕ ਕਲਾਸ ਦੇ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੈਂਦੇ ਹੋ ਹਾਂਜੀ ਸੋ ਜਿਹੜਾ ਮੇਨ ਚੈਲੰਜ ਸੀ ਉਹ ਸਾਡੇ ਤੋਂ ਕੋਵਿਡ ਦੇ ਪ੍ਰੋਟੋਕੋਲਸ ਦੇ ਸੀ ਕਿਉਂਕਿ ਜਿਹੜਾ ਇਨੀਸ਼ੀਅਲੀ ਕਲਾਸ ਦਾ ਸਟਰਕਚਰ ਸੀ ਹਰ ਕਲਾਸ ਐਟਲੀਸਟ 25 ਸਟੂਡੈਂਟਸ ਲਈ ਬਣੀ ਸੀ ਪਰ ਕੋਵਿਡ ਨੂੰ ਮੱਧੇ ਨਜ਼ਰ ਰੱਖਦੇ ਹੋਏ ਹਰ ਕਲਾਸ ਚ ਮੈਕਸਿਮਮ ਅਸੀਂ 8 ਸਟੂਡੈਂਟਸ ਦੀ ਕਪੈਸਿਟੀ ਰੱਖੀ ਹੈ ਤਾਂ ਕਿ ਸੋਸ਼ਲ ਡਿਸਟੈਂਸਿੰਗ ਪ੍ਰੋਪਰਲੀ ਹੋ ਸਕੇ ਕਲਾਸ ਵਿੱਚ ਅੱਛਾ ਬੱਚਿਆਂ ਨੂੰ ਜਦੋਂ ਤੁਸੀਂ ਧਰਮ ਨਾਲ ਜੋੜਨ ਦੀ ਅਸੀਂ ਗੱਲ ਕਰਦੇ ਆ ਤਾਂ ਕਿਹੜੀਆਂ ਐਸੀਆਂ ਮੇਨ ਗੱਲਾਂ ਨੇ ਜਿਹੜੀਆਂ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਕੀ ਉਹਨਾਂ ਨੂੰ ਧਰਮ ਦੀ ਜਿਹੜੀ ਜਾਣਕਾਰੀ ਹੈ ਉਹ ਜਿਹੜੇ ਗ੍ਰੰਥੀ ਸਹਬਾਨ ਨੇ ਜਾਂ ਜਿਹੜੇ ਹੋਰ ਸਿਆਣੇ ਲੋਕ ਨੇ ਉਹਨਾਂ ਦੇ ਕੋਲੋਂ ਦਿੱਤੀ ਜਾਂਦੀ ਹੈ ਜਾਂ ਕਿ ਜੋ ਅਸੀਂ ਸਿੱਖ ਕੇ ਆਏ ਆ ਅਸੀਂ ਪੜ੍ਹ ਕੇ ਆਏ ਆ ਜਾਂ ਜਿਹੜੇ ਯੰਗਸਟਰਸ ਤੁਸੀਂ ਦੱਸ ਇੰਟਰਨੈਸ਼ਨਲ ਸਟੂਡੈਂਟਸ ਆ ਨੇ ਉਹ ਇਹ ਸਿੱਖਿਆ ਦਿੰਦੇ ਨੇ ਜਿਹੜਾ ਮੇਨ ਕਨਸੈਪਟ ਹੈ ਨਾ ਅਕੈਡਮੀ ਦਾ ਉਹ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਦੀ ਜਿਹੜੀ ਸੋਚ ਆ ਉੱਥੋਂ ਚੱਲਿਆ ਹੈ ਭਾਈ ਸਾਹਿਬ 1978 ਵਿੱਚ ਅੰਮ੍ਰਿਤਸਰ 'ਚ ਸ਼ਹੀਦ ਹੋਏ ਸੀ ਤਾਂ ਉਹਨਾਂ ਦੀ ਜਿਹੜੀ ਮੇਨ ਸੋਚ ਸੀ ਕਿ ਇੱਕ ਐਕੈਡੈਮਿਕ ਇੱਕ ਗੁਰਮਤ ਵਿਦਿਆਲਾ ਖੋਲਿਆ ਜਾਵੇ ਜਿਹਦੇ ਨਾਲ ਅਸੀਂ ਨਵੇਂ ਤਰੀਕੇ ਨਾਲ ਅਸੀਂ ਪੜਾ ਗੁਰਮਤਿ ਦੀ ਸਿੱਖਿਆ ਦੇ ਸਕਦੇ ਆ ਕਿ ਜਿਹੜੇ ਯੰਗਸਟਰਸ ਆ ਉਹਦੇ ਨਾਲ ਰਿਲੇਟ ਕਰ ਸਕਣ ਸੋ ਜਿਹੜੇ ਵੀ ਪੜਾਉਣ ਵਾਲੇ ਜਿਹੜੇ ਵੀ ਟੀਚਰਸ ਨੇ ਉਹ ਸਾਰੇ ਇਸ ਢੰਗ ਨਾਲ ਸਿਖਿਆ ਦਿੰਦੇ ਆ ਕਿ ਜਿਹੜੇ ਬੱਚੇ ਨੇ ਆ ਜਿਹੜੇ ਯੰਗਸਟਰਸ ਨੇ ਉਹਨਾਂ ਨਾਲ ਰਿਲੇਟ ਕਰਕੇ ਉਹਨੂੰ ਆਪਣੇ ਜੀਵਨ ਵਿੱਚ ਵੀ ਅਪਣਾ ਸਕਣ। ਹੋਰ ਜੇ ਅਸੀਂ ਗੱਲ ਕਰ ਰਹੇ ਸੀ ਕਿ ਨਵੇਂ ਤਰੀਕੇ ਦੀ ਗੁਰਮਤਿ ਸਿੱਖਲਾਈ ਸੋ ਨਵੇਂ ਤਰੀਕੇ ਤੋਂ ਕੀ ਭਾਵ ਹੈ ਕਿ ਜਿਹੜੇ ਜਿਹੜਾ ਸਖਾਨ ਦਾ ਤਰੀਕਾ ਹੈ ਉਹ ਅਲੱਗ ਹੈ ਜਾਂ ਕਿ ਇਹਦੇ ਪਿੱਛੇ ਦੀ ਜਿਹੜੀ ਸੋਚ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਥੋੜੀ ਜੀ ਡਿਫਰੈਂਟ ਹੈ ਕਿ ਸ਼ਾਇਦ ਅਜੇ ਤੱਕ ਅਸੀਂ ਇੱਕੋ ਤਰੀਕੇ ਨਾਲ ਇਸ ਚੀਜ਼ ਨੂੰ ਦੇਖ ਰਹੇ ਹਾਂ ਇਹਨੂੰ ਹੋਰ ਡਿਫਰੈਂਟ ਐਂਗਲਸ ਤੋਂ ਦੇਖਿਆ ਜਾ ਰਿਹਾ ਹੈ ਹਾਂਜੀ ਸੋ ਜਿਹੜਾ ਸਾਡਾ ਮੇਨ ਮੋਟਿਵ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਉਹ ਇੱਕ 90 ਢੰਗ ਨਾਲ ਪੜਾਉਣਾ ਹੈ ਪਰ ਜਿਹੜੀ ਸਾਡੇ ਮੋਡ ਹੈ ਅਸੀਂ ਉਹਨੂੰ ਬਿਨਾ ਚੇਂਜ ਕੀਤੇ ਪੜਾਉਣਾ ਚਾਹੁੰਦੇ ਹਾਂ ਹੂੰ ਅ ਮੇਨ ਥਿੰਗ ਐ ਕਿ ਅਸੀਂ ਡਿਫਰੈਂਟ ਪਰਸਪੈਕਟਿਵਸ ਨਾਲ ਹਰ ਚੀਜ਼ ਨੂੰ ਬੱਚਾ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਸੜੀ ਸ਼ਨੀਵਾਰ ਨੂੰ ਖਾਸ ਸਕੇਟਸ ਕਲਾਸ ਹੁੰਦੀ ਹੈ ਨਾ ਸੋ ਉੱਥੇ ਆਪਾਂ ਸਿੱਖ ਹਿਸਟਰੀ ਤੇ ਪੜ੍ਹਾਉਂਦੇ ਆ ਪਰ ਆਪਾਂ ਉਹਦੇ ਵਿੱਚ ਬਹੁਤ ਨਵੇਂ ਢੰਗ ਦੀ ਐਕਟੀਵਿਟੀਜ਼ ਉਹਨਾਂ ਲਈ ਕ੍ਰਾਫਟਸ ਗੇਮਸ ਕਦੇ ਆਪਾਂ ਉਹਨਾਂ ਨੂੰ ਡਿਫਰੈਂਟ ਟੂਰਸ ਤੇ ਲੈ ਕੇ ਜਾਂਦੇ ਹਾਂ ਤਾਂ ਕਿ ਉਹ ਜਿੰਨਾ ਵੀ ਸਿੱਖਣ ਉਹ ਨੂੰ ਆਪਣੀ ਲਾਈਫ ਚ ਰਿਲੇਟ ਕਰ ਸਕਣ ਕਿਉਂਕਿ ਜੇ ਉਹਨਾਂ ਨੂੰ ਆਪਾਂ ਸਿਰਫ ਫੈਕਟਸ ਫਿਗਰਸ ਦੇ ਦਾਂਗੇ ਯਾਦ ਕਰਨ ਨੂੰ ਉਹ ਆਪਣੀ ਲਾਈਫ ਚ ਉਹਨੂੰ ਅਪਣਾ ਨਹੀਂ ਸਕਦੇ ਸੋ ਸਾਡਾ ਸਾਰਾ ਉਪਰਾਲਾ ਇਹ ਹੈ ਕਿ ਜੋ ਵੀ ਉਹ ਗੁਰਮਤ ਅਕੈਡਮੀ ਤੋਂ ਸਿੱਖਣ ਉਹ ਨੂੰ ਆਪਣੇ ਜੀਵਨ ਚ ਅਪਲਾਈ ਕਰ ਸਕਣ। ਅੱਛਾ ਜਿਹੜੇ ਸਾਡੇ ਸ੍ਰੋਤੇ ਹੁਣ ਕਾਲ ਕਰਨਾ ਚਾਹੁੰਦੇ ਐਸੀ ਫੋਨ ਲਾਈਨ ਜਿਹੜੀਆਂ ਓਪਨ ਕਰ ਦਿੰਨੇ ਆ 604 204 060 604 204 0600 ਤੁਸੀਂ ਸਰਦਾਰਨੀ ਉਮੀਦਵਾਰ ਹੋਣਾ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਗੁਰਮਤ ਅਕੈਡਮੀ ਦੇ ਨਾਲ ਜੁੜਿਆ ਜਾਂ ਕੋਈ ਆਪਣੇ ਵੱਲੋਂ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਕੁਝ ਕਾਲਸ ਅਸੀਂ ਲਾਹਾਂਗੇ 604 204 0600 ਤੇ। ਅ ਮੀਤ ਗੁਰਜੀ ਤੁਹਾਤੋਂ ਮੈਂ ਜਾਨਣਾ ਚਾਹਾਂਗਾ ਕਿ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਵੀ ਸੰਦਸੋ ਜਿਸ ਤਰ੍ਹਾਂ ਅਸੀਂ ਡਿਸਕਸ ਕਰ ਰਹੇ ਸੀ ਬ੍ਰੇਕ ਦੇ ਦੌਰਾਨ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਤੁਸੀਂ ਇਹ ਬਾਣਾ ਕਿਸ ਤਰ੍ਹਾਂ ਪਾਇਆ ਸਾਨੂੰ ਥੋੜੇ ਸ਼ਬਦਾਂ ਚ ਦੱਸੋ ਕਿ ਤੁਹਾਡੀ ਜਿਹੜੀ ਇਹ ਜਰਨੀ ਦੀ ਸ਼ੁਰੂਆਤ ਹੈ ਕਿੱਦਾਂ ਹੋਈ ਤੁਸੀਂ ਜਦੋਂ ਤੁਸੀਂ ਇੰਡੀਆ ਤੋਂ ਆਏ ਹੈ ਨਾ ਸੋ ਪੰਜਾਬ ਤੋਂ ਤੁਸੀਂ ਕਿੱਥੋਂ ਆਏ ਔਰ ਕਿਵੇਂ ਤੁਹਾਡੀ ਸ਼ੁਰੂਆਤ ਹੋਈ ਇੱਥੇ ਤੁਸੀਂ ਕਿਸ ਤਰ੍ਹਾਂ ਮਿਲੇ ਔਰ ਕਿਸ ਨਾਲ ਤੁਸੀਂ ਪ੍ਰਭਾਵਿਤ ਹੋਏ ਹਾਂਜੀ ਸੋ ਮੈਨੂੰ ਲਗਭਗ 3 3.5 ਸਾਲ ਹੋ ਗਿਆ ਕੈਨੇਡਾ ਆਏ ਹੋਏ ਤੇ ਮੈਂ ਜਲੰਧਰ ਪੰਜਾਬ ਤੋਂ ਸੋ ਉੱਥੇ ਵੀ ਮੈਂ ਅੰਮ੍ਰਿਤਸਰ ਆਇਆ ਸੀਗਾ ਫਿਰ ਅਸੀਂ ਇੱਥੇ ਆ ਗਏ ਅਮ ਜਦ ਆਪਾਂ ਆਏ ਸੀਗੇ ਤਾਂ ਅਸੀਂ ਫੈਮਿਲੀ ਤੋਂ ਇੰਨੇ ਦੂਰ ਸੀ ਐਂਡ THEN ਕਲਚਰ ਸ਼ੌਕ ਸੀਗਾ ਫਿਰ ਅਸੀਂ ਸਾਰਾ ਟਾਈਮ ਕੰਮ ਕਰਨਾ ਐਂਡ THEN ਸਕੂਲ ਜਾਣਾ ਲਾਈਫ ਇਨੀ ਜ਼ਿਆਦੀ ਬਿਜ਼ੀ ਹੋ ਗਈ ਸੀ ਤੇ ਸਾਨੂੰ ਲੱਗਦਾ ਸੀ ਕਿ ਅਸੀਂ ਆਪਣੇ ਜੜਾ ਤੋਂ ਦੂਰ ਜਾ ਰਹੇ ਹਾਂ ਪਰ ਫਿਰ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਈ ਕਿ ਸਾਨੂੰ ਸੰਗਤ ਮਿਲ ਗਈ ਤੇ ਫਿਰ ਉਹ ਸੰਗਤ ਉਹ ਸਾਨੂੰ ਇੰਨਾ ਪਿਆਰ ਮਿਲਿਆ ਕਿ ਸਾਨੂੰ ਇੱਕ ਫੈਮਲੀ ਟਾਈਪ ਫੀਲ ਹੋਣਾ ਸ਼ੁਰੂ ਹੋ ਗਿਆ ਜਿੱਥੇ ਸਾਡੇ ਨਾਲ ਦੇ ਕਈ ਫਰੈਂਡਸ ਉਹ ਗਲਤ ਦਿਸ਼ਾਵਾਂ ਵੱਲ ਚੱਲ ਗਏ ਪਰ ਸੰਗਤ ਦੀ ਇੰਨੀ ਜ਼ਿਆਦੀ ਕਿਰਪਾ ਸੀ ਕਿ ਸਾਡੀ ਪੜ੍ਹਾਈ 'ਚ ਵੀ ਬਹੁਤ ਜ਼ਿਆਦੀ ਹੈਲਪ ਹੋਈ ਤੇ ਸਾਨੂੰ ਕੰਮ ਵੀ ਬਹੁਤ ਵਧੀਆ ਮਿਲੇ ਆ ਸੋ ਐਸ ਐ ਇੱਕ ਹੋਰ ਇੱਕ ਜਿਹੜੀ ਸਾਡੀ ਥਿੰਕਿੰਗ ਸੀਗੀ ਕਿ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਆ ਕੇ ਉਹਨਾਂ ਨੂੰ ਸਹੀ ਰਾਹ ਨਹੀਂ ਮਿਲਦਾ ਤੇ ਉਹਨਾਂ ਨੂੰ ਐਦਾਂ ਫੀਲ ਹੁੰਦਾ ਕਿ ਨੋ ਵਨ ਕੇਅਰਸ ਫਾਰ ਏਜ਼ਮ ਹੈ ਨਾ ਸੋ ਅਸੀਂ ਚਾਹੁੰਦੇ ਸੀ ਕਿ ਗੁਰਮਤ ਅਕੈਡਮੀ ਜੀ ਐਸੀ ਇੱਕ ਐਦਾ ਵੀ ਸਪੇਸ ਕ੍ਰੀਏਟ ਕਰੀਏ ਤਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੋਰ ਓਪਰਚ्युनिटीज ਮਿਲ ਸਕਣ ਜਿਵੇਂ ਮੈਨੂੰ ਵੀ ਗੋੜਦਵਾਰਾ ਸੇਵਲ ਹੋ ਤੇ ਅਕੈਡਮੀ ਦੇ ਸੇਵਾਦਾਰ ਵੱਲੋਂ ਉੱਥੇ ਹੀ ਟੀਚਰ ਦੀ ਜੌਬ ਮਿਲੀ ਐਂਡ ਉਹਦੇ ਨਾਲ ਬਹੁਤ ਜ਼ਿਆਦਾ ਕੌਨਫੀਡੈਂਸ ਬੂਸਟ ਅਪ ਹੋਇਆ ਤੇ ਹੁਣ ਮੈਂ ਅੱਗੇ ਤੋਂ ਵੀ ਜੋ ਵੀ ਸੋਚਣਾ ਆ ਜਾਂ ਡਿਫਰੈਂਟ ਕਨੈਕਸ਼ਨਸ ਬੰਦਦੇ ਆ ਜਿਹਨਾਂ ਬਹੁਤ ਜ਼ਿਆਦਾ ਮਦਦ ਹੁੰਦੀ ਆ ਅੱਛਾ ਤੇ ਜੇ ਜੇਸੀ ਗੱਲ ਕਰੀਏ ਤੁਹਾਡੀ ਅਕੈਡਮੀ ਦੇ ਬਾਰੇ ਤੁਸੀਂ ਖਾਲਸਾ ਕਿਡਸ ਕਲੱਬ ਦੀ ਗੱਲ ਕੀਤੀ ਤੁਹਾਡੀ ਐਡਵਰਟਾਈਜ਼ਮੈਂਟ ਵਿੱਚ ਦੇਖੀ ਜਿੱਤੇ ਗਤਕਾਸ ਖਾਇਆ ਜਾ ਰਿਹਾ ਹੈ ਜਾਂ ਬਹੁਤ ਸਾਰੀਆਂ ਪਾਣਾ ਬੀਬੀਆਂ ਨੇ ਜਿਹੜੀਆਂ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਜਿਹੜੀ ਹੈ ਸਿੱਖ ਮਾਰਸ਼ਲ ਆਰਟ ਉਹਦੀ ਟ੍ਰੇਨਿੰਗ ਲੈਂਦੀਆਂ ਦਿਖ ਰਹੀਆਂ ਜਾਂ ਦਿੰਦੀਆਂ ਦਿਖ ਰਹੀਆਂ ਸ਼ਾਇਦ ਜਿਹੜੇ ਬੱਚੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਜਿਹੜੇ ਲੋਕ ਜੁੜਨਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਬਾਣਾ ਪਾਣਾ ਜ਼ਰੂਰੀ ਹੈ ਨਹੀਂ ਇਹ ਕੰਪਲਸਰੀ ਨਹੀਂ ਹੈਗਾ ਜਿਹੜੇ ਵੀ ਸਟੂਡੈਂਟਸ ਆ ਰਹੇ ਆ ਉਹਨਾਂ ਦੀ ਆਪ ਦੀ ਚੋਇਸ ਹੈ ਜਿਹੜੇ ਪੜਾਉਣ ਵਾਲੇ ਆ ਉਹ ਜ਼ਰੂਰ ਗੁਰਮੁਖੀ ਬਾਣੀ ਨੂੰ ਧਾਰਨ ਕਰਕੇ ਰੱਖਦੇ ਆ ਪਰ ਜਿਹੜੇ ਸਿੱਖਣਾ ਆਉਣਾ ਚਾਹੁੰਦੇ ਆ ਇਟ ਡਸਨਟ ਮੈਟਰ ਉਹ ਅਮ੍ਰਿਤਧਾਰੀ ਹੋਣ ਉਹ ਨਾਨ ਅਮ੍ਰਿਤਧਾਰੀ ਹੋਣ ਉਹ ਛੋਟੇ ਬੱਚੇ ਨੇ ਵੱਡੇ ਨੇ ਬਜ਼ੁਰਗ ਨੇ ਜਾਂ ਇਵਨ ਕਿ ਉਹ ਪੰਜਾਬੀ ਭਾਰਤੀ ਹੈ ਨਹੀਂ ਹੈ ਇਟ ਡਸਨਟ ਮੈਟਰ ਅਕੈਡਮੀ ਦਾ ਮਾਹੌਲ ਅੱਦਾਂ ਦਾ ਹੈ ਕਿ ਹਰੇਕ ਲਈ ਕੋਚਨਾ ਕੋਚ ਅਕੈਡਮੀ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਸੋ ਉਹ ਨੈਸੈਸਰੀ ਹੈ ਸੋ ਜੇ ਸੁਪੋਜ਼ ਕੋਈ ਮੇਨਸਟ੍ਰੀਮ ਤੋਂ ਕੋਈ ਗੋਰਾ ਪਰਿਵਾਰ ਹੈ ਉਹ ਆ ਕੇ ਜੁੜਨਾ ਚਾਹੁੰਦਾ ਕੋਈ ਹਿੰਦੂ ਪਰਿਵਾਰ ਹੈ ਉਹ ਬੱਚੇ ਨੂੰ ਪੰਜਾਬੀ ਸਿਖਾਉਣਾ ਚਾਹੁੰਦਾ ਤਾਂ ਉਹ ਵੀ ਜੁਆਇਨ ਕਰ ਸਕਦੇ ਆ ਬਿਲਕੁਲ ਐਦਾ ਦੀ ਕੋਈ ਵੀ ਰੈਸਟ੍ਰਿਕਸ਼ਨ ਅਸੀਂ ਅਕੈਡਮੀ 'ਚ ਨਹੀਂ ਰੱਖੀ ਕਿਉਂਕਿ ਸਾਡਾ ਮੇਨ ਸਿਧਾਂਤ ਗੁਰਮਤ ਦਾ ਸੀ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਅਸੀਂ ਭਾਈ ਫੌਜਾ ਸਿੰਘ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਭਾਈ ਸਾਹਿਬ ਦੀ ਸੋਚ ਸੀ ਕਿ ਗੁਰਮਤ ਦੀ ਸ਼ੁਰੂਆਤ ਪਿਆਰ ਤੋਂ ਪ੍ਰੇਮ ਤੋਂ ਹੁੰਦੀ ਹੈ ਸੋ ਕੋਈ ਵੀ ਜੇ ਗੁਰਮਤ ਅਕੈਡਮੀ ਵਿੱਚ ਆ ਕੇ ਪੜ੍ਹਨਾ ਚਾਹੁੰਦੇ ਆ ਸਿੱਖਲਾਈ ਲੈਣਾ ਚਾਹੁੰਦੇ ਆ ਦੇ ਆਰ ਮੋਰ ਦੈਨ ਵਰਕ ਅਪ ਅੱਛਾ ਹੁਣ ਜੋ ਸਿੱਖਲਾਈ ਦੀ ਅਸੀਂ ਗੱਲ ਕਰਦੇ ਆ ਤੁਸੀਂ ਦੱਸਿਆ ਕਿ ਤੁਹਾਨੂੰ ਬਟੌਰ ਟੀਚਰ ਉੱਥੇ ਰ ਤੇ ਖਰਚੇ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਅਕੈਡਮੀ ਦੇ ਚੱਲਦੇ ਨੇ ਤੁਸੀਂ ਕੀ ਫੀਸ ਲੈਂਦੇ ਹੋ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਹਾਂਜੀ ਸੋ ਹਰ ਕਲਾਸ ਦੀ ਇੱਕ ਬਹੁਤ ਮਿਨਿਮਮ ਜੀ ਫੀਸ ਰੱਖੀ ਗਈ ਹੈ ਜਿਹੜੇ ਮੇਨਟੇਨੈਂਸ ਦੇ ਖਰਚੇ ਆ ਜਿਹੜੇ ਟੀਚਰਸ ਦੇ ਖਰਚੇ ਉਹਨਾਂ ਨੂੰ ਧਿਆਨ ਰੱਖ ਕੇ ਬਾਕੀ ਗੁਰਦੁਆਰਾ ਸਾਹਿਬ ਵਾਲਿਆਂ ਦੀ ਵੀ ਨਾਲ ਸਹਿਯੋਗ ਦੇ ਨਾਲ ਤੇ ਜਿਹੜੀ ਮਿਨਿਮਮ ਫੀਸ ਹਰ ਕਲਾਸ ਲਈ ਰੱਖੀ ਗਈ ਆ ਉਹਦੇ ਨਾਲ ਸਾਰੇ ਖਰਚੇ ਕੀਤੇ ਜਾਂਦੇ ਆ ਜੀ ਸਾਡੇ ਨਾਲ ਕੁਝ ਕਾਲਰ ਜਿਹੜੇ ਨੇ ਉਹ ਜੁੜ ਰਹੇ ਨੇ ਕੋਸ਼ਿਸ਼ ਕਰਦੇ ਆ ਕਿ ਕੁਝ ਕਾਲਰ ਜਿਹੜੇ ਅਸੀਂ ਲੈ ਸਕੀਏ ਅ ਅਮਰੀਕਨ ਲਾਈਨ ਜਿਹੜੀ ਆ ਕੱਟ ਗਈ ਸ਼ਾਇਦ ਲਾਈਨ ਜਿਹੜੀ ਆ ਕੱਟ ਗਈ ਹੈ ਅ ਅੱਛਾ ਤੁਹਾਡੇ ਤੋਂ ਅਸੀਂ ਜਾਨਣਾ ਚਾਹਾਂਗੇ ਤੁਸੀਂ ਤੁਸੀਂ ਦੱਸਿਆ ਕਿ ਖਰਚੇ ਜਿਹੜੇ ਆ ਉਹਨਾਂ ਦੇ ਉੱਤੇ ਅਜੇ ਕੋਈ ਕਲੀਅਰ ਗੱਲਬਾਤ ਨਹੀਂ ਹੈ ਪਰ ਜੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਆ ਕੋਵਿਡ 19 ਨੂੰ ਲੈ ਕੇ ਉਹਦਾ ਬਹੁਤ ਫੈਲਾ ਹੋਇਆ ਹੋਇਆ ਲੋਕ ਜਿਹੜੇ ਨੇ ਉਹ ਡਰੇ ਵੀ ਹੋਏ ਨੇ ਕਈ ਬੱਚਿਆਂ ਨੂੰ ਸਕੂਲ ਚ ਨਹੀਂ ਭੇਜ ਰਹੇ ਤੇ ਜਿਹੜੇ ਬੱਚੇ ਉੱਥੇ ਆ ਰਹੇ ਨੇ ਜਾਂ ਜਿਹੜੇ ਲੋਕ ਉੱਥੇ ਆ ਰਹੇ ਨੇ ਕੋਵਿਡ 19 ਦੇ ਜਿਹੜੇ ਸਰਕਾਰੀ ਆਦੇਸ਼ ਨੇ ਉਹਨਾਂ ਦੀ ਪਾਲਣਾ ਕਿਸ ਤਰੀਕੇ ਨਾਲ ਕਰਵਾਈ ਜਾ ਰਹੀ ਨਾਲ ਹਾਂਜੀ ਸੋ ਮੇਨ ਜਿਹੜਾ ਸਾਡਾ ਚੈਲੰਜ ਸੀ ਉਹ ਆਹੀ ਸੀਗਾ ਕਿ ਅਸੀਂ ਮੇਕ ਸ਼ਰ ਕਰਨਾ ਹੈ ਕਿ ਜਿਹੜੇ ਵੀ ਬੱਚੇ ਉੱਥੇ ਆਣ ਉਹ ਪੂਰੀ ਸੇਫਟੀ ਚਾਹਣ ਸੋ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜਾ ਕਲਾਸ ਸਾਈਜ਼ ਹੈ ਉਹ 8 ਤੱਕ ਰਿਡਿਊਸ ਕੀਤਾ ਗਿਆ ਤਾਂ ਕਿ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਹੋਵੇ ਦੂਜੀ ਚੀਜ਼ ਹੈ ਵਾ ਕਿ ਸਾਰੀ ਬਿਲਡਿੰਗ ਐਵਰੀ ਡੇ ਸੈਨੀਟਾਈਜ਼ ਕੀਤੀ ਜਾਂਦੀ ਹੈ ਇਵਨ ਕਲਾਸਿਸ ਦੇ ਦੌਰਾਨ ਅਸੀਂ ਮੇਕ ਸ਼ੁਰ ਕਰਦੇ ਹਾਂ ਕਿ ਮਾਸਕ ਜਿਹੜਾ ਮੰਡਟਰੀ ਹੈ ਅਮ ਡਿਫਰੈਂਟ ਵਰਕ ਸਟੇਸ਼ਨਸ ਤੇ ਸੈਨੀਟਾਈਜ਼ਰਸ ਪਏ ਹੁੰਦੇ ਨੇ ਐਂਡ ਦੈਨ ਜਿਹੜੇ ਸਾਜ਼ ਜਦੋਂ ਸਿਖਲਾਈ ਕੀਤੀ ਜਾਂਦੀ ਹੈ ਜਾਂ ਜਿਹੜੇ ਟੇਬਲਸ ਹੁੰਦੇ ਆ ਡੂਇੰਗ ਸੈਸ਼ਨਸ ਵੀ ਆਫਟਰ ਅ ਬ੍ਰੇਕ ਅਸੀਂ ਸਾਰਾ ਕੁਝ ਸੈਨੀਟਾਈਜ਼ ਕਰਦੇ ਹਾਂ ਜਸਟ ਟੂ ਮੇਕ ਸ਼ੁਰ ਕਿ ਪੂਰੇ ਕੋਵਿਡ ਪ੍ਰੋਟੋਕੋਲਸ ਨਾਲ ਅਕੈਡਮੀ ਚਲਾਈ ਜਾਏ ਅੱਛਾ ਜਿਹੜੇ ਸਾਜ਼ ਨੇ ਤੰਤੀ ਸਾਜ਼ ਨੇ ਜਾਂ ਹਾਰਮੋਨੀਅਮ ਤਬਲਾ ਵਗੈਰਾ ਇਹ ਵੀ ਪ੍ਰੋਵਾਈਡ ਅਕੈਡਮੀ ਵੱਲੋਂ ਹੀ ਕਰਾਏ ਜਾਂਦੇ ਆ ਹਾਂਜੀ ਸੋ ਜਿਹੜੇ ਵੀ ਸਿੱਖਣ ਆਉਂਦੇ ਨੇ ਉਹਨਾਂ ਲਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਆਪ ਦਾ ਸਾਜ਼ ਹੋਵੇ ਅਕੈਡਮੀ ਵਿੱਚ ਅਸੀਂ ਇਨਫ ਸਾਜ਼ ਰੱਖਿਓਏ ਨੇ ਤਾਂ ਕਿ ਇੱਕ ਕਲਾਸ ਵਿੱਚ ਹਰ ਜਿਹੜਾ ਸਟੂਡੈਂਟ ਹੈ ਉਹਨਾਂ ਕੋਲ ਆਪ ਦਾ ਸਾਜ਼ ਹੁੰਦਾ ਤੇ ਉੱਥੇ ਸਿਖਲਾਈ ਲੈ ਲੈਂਦੇ ਆ ਅੱਛਾ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਮਹੱਤਵਪੂਰਨ ਹੈ ਕਿ ਜਦੋਂ ਬੱਚੇ ਸਿੱਖਿਆ ਲੈ ਲੈਂਦੇ ਨੇ ਕਿ ਅੱਗੋਂ ਕੋਈ ਉਹਨਾਂ ਦੇ ਕੰਪੀਟੀਸ਼ਨ ਵੀ ਇਨ ਹਾਊਸ ਹੁੰਦੇ ਨੇ ਜਾਂ ਉਹਨਾਂ ਨੂੰ ਅੱਗੋਂ ਚਾਂਸ ਵੀ ਦਿੱਤਾ ਜਾਂਦਾ ਜੋ ਸਿਖਲਾਈ ਲਈ ਹੈ ਉਹਨਾਂ ਨੇ ਉਹ ਕਿਤੇ ਦੱਸਣ ਦਾ ਜਾਂ ਦਿਖਾਉਣ ਦਾ ਹਾਂਜੀ ਬਿਲਕੁਲ ਪਿੱਛੇ ਹੀ ਥੋੜੇ ਮਹੀਨੇ ਪਹਿਲੇ ਜਿਹੜੀ ਸਾਡੀ ਤੰਤੀ ਸਾਜ ਦੀ ਕਲਾਸ ਚੱਲ ਰਹੀ ਸੀ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਇਹਨਾਂ ਨੇ ਰਬਾਬ ਦਿਲਰਬਾਤ ਤਾਉਸਟ ਸਿਖਲਾਈ ਲੈ ਲਈ ਵੀ ਸੀ ਕੁਝ ਮਹੀਨਿਆਂ ਦੀ ਉਹਨਾਂ ਨੇ ਫਿਰ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਜਾ ਕੇ ਤੇ ਉਹਨਾਂ ਨੇ ਕੀਰਤਨ ਕੀਤਾ ਸੀ ਸਮਾਗਮ ਦੌਰਾਨ ਸੋ ਹਾਂਜੀ ਜੋ ਵੀ ਉਹ ਸਿਖਲਾਈ ਲੈਂਦੇ ਨੇ ਅਸੀਂ ਮੇਕ ਸ਼ੁਰ ਕਰਦੇ ਹਾਂ ਕਿ ਉਹ ਪ੍ਰੈਕਟੀਕਲੀ ਬਾਹਰ ਆਇਆ ਸਾਰਿਆਂ ਸਾਹਮਣੇ ਤਾਂ ਕਿ ਉਹਦੇ ਨਾਲ ਪ੍ਰਚਾਰ ਵੀ ਹੋਏ ਹੋ ਸਕੇ ਅੱਛਾ ਸਾਨੂੰ ਜੰਦ ਜੰਦ ਇਹ ਜ਼ਰੂਰ ਦੱਸੋ ਕਿ ਤੁਹਾਡੀ ਐਕਸਪੈਕਟੇਸ਼ਨ ਕੀ ਨੇ ਬਤੌਰ ਤੁਸੀਂ ਬਿਲਕੁਲ ਯੰਗ ਹੋ ਤੁਸੀਂ ਧਰਮ ਦੇ ਨਾਲ ਵੀ ਜੁੜੇ ਹੋਏ ਹੋ ਸਿੱਖੀ ਸਰੂਪ ਤੁਸੀਂ ਇਸ ਵੇਲੇ ਪੂਰੇ ਸਿੱਖੀ ਸਰੂਪ ਦੇ ਵਿੱਚ ਹੋ ਜਿਹੜੇ ਨਵੇਂ ਸਟੂਡੈਂਟਸ ਆ ਰਹੇ ਨੇ ਜਾਂ ਜਿਹੜੇ ਮਾਪੇ ਨੇ ਜਿਹੜੇ ਕਿਤੇ ਨਾ ਕਿਤੇ ਸੰਕੋਚ ਰੱਖਦੇ ਹੋਣਗੇ ਅਜੇ ਵੀ ਕਿ ਕਈ ਵਾਰ ਐਸਾ ਲੱਗਦਾ ਕਿ ਸ਼ਾਇਦ ਅਸੀਂ ਇਹ ਨਾ ਹੋਏ ਕਿ ਬੱਚਿਆਂ ਨੂੰ ਜੇ ਇਸ ਤਰ੍ਹਾਂ ਦੀ ਸਿੱਖਲਾਈ ਦੇਣੇ ਆ ਕਿ ਗੁਰਮਤ ਸਿੱਖਲਾਈ ਵਾਲੇ ਪਾਸੇ ਤੁਰਦੇ ਆ ਤਾਂ ਸਾਡਾ ਬੱਚਾ ਜਿਹੜੀ ਸਕੂਲੀ ਵਿੱਦਿਆ ਉਹਦੇ ਤੋਂ ਕਿਤੇ ਪਰੇ ਨਾ ਹੋ ਜਾਏ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਚਾਂ ਨੇ ਇਨੂੰ ਲੈ ਕੇ ਤੁਸੀਂ ਕੀ ਮਾਪੇ-ਬਾਪ ਦੇ ਵਾਸਤੇ ਜਾਂ ਨਵੀਂ ਜਨਰੇਸ਼ਨ ਦੇ ਵਾਸਤੇ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਨੇ ਬੇਸ਼ੱਕ ਤੁਸੀਂ ਦੱਸਿਆ ਕਿ ਤੁਸੀਂ ਉਹਨਾਂ ਕੁਝ ਲੱਕੀ ਬੱਚਿਆਂ 'ਚੋਂ ਇੱਕੋ ਜਿਹੜੇ ਆਪਣੇ ਰੂਟਸ ਦੇ ਨਾਲ ਜੁੜ ਗਏ ਕਿਉਂਕਿ ਬਹੁਤ ਸਾਰੇ ਬੱਚੇ ਐਸੇ ਨੇ ਉਹ ਇਹੀ ਸੋਚ ਲੈ ਕੇ ਆਉਂਦੇ ਨੇ ਕਿ ਇੱਥੇ ਆ ਕੇ ਫ੍ਰੀडम ਮਿਲੇਗੀ ਸੋ ਫ੍ਰੀडम ਨੋ ਡਾਊਟ ਫ੍ਰੀडम ਮਿਲਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਪਰ ਜਿਹੜਾ ਆਪਣੀ ਜੜ੍ਹਾਂ ਨਾਲ ਜੁੜਨਾ ਇਹਦਾ ਕੀ ਸੰਦੇਸ਼ ਹੈ ਔਰ ਮਾਪੇ-ਬਾਪ ਦੇ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿੰਨਾ ਜਿਹੜੇ ਆਪਣੇ ਬੱਚਿਆਂ ਨੂੰ ਜੋੜਨਾ ਤਾਂ ਚਾਹੁੰਦੇ ਨੇ ਪਰ ਕਿਤੇ ਅਜੇ ਵੀ ਸੰਕੋਚ ਕਰ ਰਹੇ ਨੇ ਹਾਂਜੀ ਸੋ ਮੇਰੇ ਸਾਬ ਨਾਲ ਲੈ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਮਾਪਿਓ ਵੀ ਜਾਂ ਜਿਹੜੇ ਸਾਡੇ ਫੈਨਸ ਦੇ ਵੀ ਹਨਾ ਸਾਰਿਆਂ ਨੂੰ ਹੁੰਦਾ ਹੈ ਕਿ ਆਨ ਹੋਈ ਕਿ ਉਹ ਕੱਲੇ ਗੁਰਮਤ ਵਾਲਾ ਨਾ ਚੱਲ ਰਣ ਕਿ ਉਹ ਜਿਹੜੀ ਦੁਨਿਆਵੀ ਪੜ੍ਹਾਈ ਆ ਉਹਨੂੰ ਛੱਡ ਦੇਣ ਪਰ ਤਾਂ ਹੀ ਅਸੀਂ ਜਿਹੜਾ ਇੱਕ ਐਕਾਡੈਮਿਕ ਸੈਕਟਰ ਸਿਗਾ ਆਪਣੀ ਅਕੈਡਮੀ ਚੁਲਾ ਕੇ ਆਏ ਕਿਉਂਕਿ ਅਸੀਂ ਕੱਲੇ ਇਸ ਚੀਜ਼ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਅਸੀਂ ਸਾਰਿਆਂ ਨੂੰ ਜਿਵੇਂ ਓਵਰਆਲ ਹੈ ਨਾ ਆਲ ਰਾਊਂਡਰ ਬਣਾਉਣਾ ਚਾਹੁੰਦੇ ਆ ਤੇ ਜਿੱਥੇ ਕਿ ਅਸੀਂ ਗੁਰਮਤ ਪ੍ਰਚਾਰ ਦਿੰਨੇ ਆ ਅਸੀਂ ਉਥੇ ਐਕਾਡੈਮਿਕਸ ਸਿਖਲਾਈ ਵੀ ਦਿੰਨੇ ਆ ਤੇ ਦੂਜੀ ਗੱਲ ਮੈਂ ਸਾਰਿਆਂ ਨੂੰ ਆਹੀ ਜਿਵੇਂ ਇੱਕ ਸਾਡੀ ਅਕੈਡਮੀ ਦਾ ਸੰਦੇਸ਼ ਹੈ ਕਿ ਜਿਹੜਾ ਗੁਰਮਤ ਹੈ ਨਾ ਉਹ ਇੱਕ ਬੇਸ ਫਾਊਂਡੇਸ਼ਨ ਹੈ ਜੋ ਸਾਨੂੰ ਹਰ ਖੇਤਰ ਵਿੱਚ ਅਗੋ ਵਾਅਦਾ ਪਾਉਂਦਾ ਹੈ ਸੋ ਇਹ ਸੋਚ ਰੱਖਣੀ ਕਿ ਜੇ ਅਸੀਂ ਗੁਰਮਤਵਲ ਵੱਲ ਵੱਧ ਧਿਆਨ ਦੇਵਾਂਗੇ ਤੇ ਅਸੀਂ ਬਾਕੀ ਖੇਤਰਾਂ ਤੋਂ ਪਿੱਛੇ ਰਹਿ ਜਾਵਾਂਗੇ ਇਟ ਡਸਨਟ ਮੇਕ ਅ ਲੋਟ ਆਫ ਸੈਂਸ ਕਿਉਂਕਿ ਜਦੋਂ ਅਸੀਂ ਗੁਰਮਤ ਵੱਲ ਜਾਂਦੇ ਆ ਕਿਉਂਕਿ ਗੁਰਮਤ ਦਾ ਸਾਰਾ ਸਿਧਾਂਤ ਹੀ ਪਿਆਰ ਦਾ ਆ ਤੇ ਉਹ ਸਾਡੀ ਇੱਕ ਜ਼ਿੰਦਗੀ ਨੂੰ ਸਾਡੀ ਜੀਵਨ ਨੂੰ ਇੱਕ ਦਿਸ਼ਾ ਦਿੰਦਾ ਆ ਜਿਵੇਂ ਮੈਂ ਆਪਣੀ ਆਪ ਦੀ ਐਗਜ਼ਾਮਪਲ ਵੀ ਲੈਤੀ ਸੀ ਜਿੱਦਾਂ ਮੈਂ ਗੁਰਮਤ ਵੱਲ ਜਾਦੀ ਜੁੜੀ ਮੈਨੂੰ ਬਾਕੀ ਖੇਤਰਾਂ 'ਚ ਉਨੀ ਜ਼ਿਆਦਾ ਤਰੱਕੀ ਮਿਲੀ ਸੋ ਆਈ ਥਿੰਕ ਦੈਟਸ ਦ ਮੇਨ ਮੋਟਿਵ ਆਫ ਆਰ ਅਕੈਡਮੀ ਕਿ ਅਸੀਂ ਦੋਨਾਂ ਪੱਖਾਂ ਵਿੱਚ ਬੱਚਿਆਂ ਨੂੰ ਹੈਲਪ ਕਰਨਾ ਹੈ ਤਾਂ ਕਿ ਉਹ ਆਪਣੇ ਜੀਵਨ ਨੂੰ ਅੱਗੋ ਵਧਾ ਸਕਣ ਕਿੰਨੇ ਹੋਰ ਲੋਕ ਨੇ ਜਿਹੜੇ ਇਸ ਅਕੈਡਮੀ ਦੇ ਨਾਲ ਇਸ ਵੇਲੇ ਜੁੜੇ ਹੋਏ ਨੇ ਜਿਹੜੇ ਸੇਵਾਵਾਂ ਦੇ ਰਹੇ ਨੇ ਆਪਣੀਆਂ ਹਾਂਜੀ ਸੋ ਆਪਾਂ ਬਹੁਤ ਲੱਕੀ ਹਾਂ ਕਿ ਕਮਿਊਨਿਟੀ ਚ ਬਹੁਤ ਸਾਰੇ ਵੋਲੰਟੀਅਰਸ ਸਾਨੂੰ ਬਹੁਤ ਕਾਲਸ ਆਉਂਦੀਆਂ ਨੇ ਜਿਹੜੀ ਜਿਵੇਂ ਗੁਰਦੁਆਰਾ ਸੰਗਤ ਸਾਰੇ ਬਹੁਤ ਜ਼ਿਆਦੇ ਕਨੈਕਟਡ ਨੇ ਐਂਡ ਇਵਨ ਕਿ ਕਈ ਵਾਰ ਜਿਵੇਂ ਸਾਡੀ ਰਿਸੈਪਸ਼ਨ ਸੇਵਾ ਤੇ ਜਾਂ ਜਿਹੜੀਆਂ ਹੋਰ ਸੇਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਬਹੁਤ ਵੋਲੰਟੀਅਰਸ ਇਕੱਠੇ ਹੋ ਕੇ ਇਹ ਸਾਰਾ ਕੰਮ ਕਰਾ ਕਰਾ ਦਿੰਦੇ ਨੇ ਐਂਡ ਆਈ ਥਿੰਕ ਇੱਕ ਜਿਹੜੀ ਟੀਮ ਹੈ ਉਹ 30 ਤੋਂ 40 ਵੋਲੰਟੀਅਰਸ ਦੀ ਹੋएगी ਹਾਂਜੀ ਕਿਹੜੀ ਜਗ੍ਹਾ ਤੇ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਕੋਈ ਫੋਨ ਨੰਬਰ ਜਾਂ ਕੋਈ ਵੈਬਸਾਈਟ ਤੁਸੀਂ ਦੇਣਾ ਚਾਹੋਗੇ ਹਾਂਜੀ ਸੋ ਸਾਡੀ ਜਿਹੜੀ ਵੈਬਸਾਈਟ ਹੈ ਜਿਹੜੀ ਤੁਸੀਂ ਬ੍ਰਾਡਕਾਸਟ ਵੀ ਕੀਤੀ ਸੀ ਉਹ ਹੈਗਾ www.dasmeshgurmatacademy.com ਤੇ ਉੱਥੇ ਤੁਸੀਂ ਰਜਿਸਟਰ ਕਰ ਸਕਦੇ ਆਂ ਐਂਡ ਇੰਸਟਾਗ੍ਰਾਮ ਤੇ ਸਾਡਾ ਦਸਮੇਸ਼ ਗੁਰਮਤ ਅਕੈਡਮੀ ਦਾ ਪੇਜ ਵੀ ਹੈਗਾ ਤੁਸੀਂ ਉੱਥੇ ਸਾਨੂੰ ਟੈਕਸਟ ਕਰ ਸਕਦੇ ਆਂ ਕੋਈ ਫੋਨ ਨੰਬਰ ਵੀ ਹੈ ਜਿੱਥੇ ਕੋਈ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਕਿ ਤੁਸੀਂ ਬਾਅਦ ਚ ਦੇਣਾ ਚਾਹੋਗੇ ਆ ਫੋਨ ਨੰਬਰ ਮੈਂ ਤੁਹਾਨੂੰ ਬਾਅਦ ਚ ਦੇ ਦਿਆਂਗੀ ਜੀ ਡੈਫੀਨਿਟਲੀ ਥੈਂਕ ਯੂ so much ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੀਤ ਕੌਰ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਆਏ ਤੁਸੀਂ ਉੱਚੇ ਤੌਰ ਤੇ ਔਰ ਸਾਨੂੰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ